ਸਵਾਗਤ ਕਰਦੇ ਜੀ ਅਹਿਮ ਤੇ ਐਕਸਕਲੂਸਿਵ ਜਾਣਕਾਰੀ ਸਾਡੇ ਕੋਲ ਹੈਗੀ ਹੈ ਥਾਰ ਜਿਸ ਗੱਡੀ ਦੇ ਨਾਲ तमाम ਕਿਸਾਨਾਂ ਨੂੰ ਦਰੜਿਆ ਗਿਆ ਸੀ ਤੇ ਗੋਲੀਆਂ ਵੀ ਚਲਾਈਆਂ ਗਈਆਂ ਸਨ ਉਸ ਗੱਡੀ ਦਾ ਬੇਰਵਾ ਸਾਡੇ ਹੱਥ ਲੱਗਿਆ ਹੈਗਾ ਐਕਸਕਲੂਸਿਵ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਲਵੋ ਇਹ ਗੱਡੀ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੇ ਗੱਡੀ ਦਾ ਡਿਟੇਲ ਵੀ ਤੁਸੀਂ ਦੇਖ ਸਕਦੇ ਹੋ ਇਹ ਸਬੂਤ ਹੈ ਕਾਤਲ ਦਾ ਤੇ ਯੂਪੀ ਦੇ ਲਖੀਮਪੁਰ ਖੀਰੀ ਦੇ ਵਿੱਚ ਜਿਸ Mahindra Thar ਗੱਡੀ ਦੇ ਨਾਲ तमाम ਕਿਸਾਨਾਂ ਨੂੰ ਦਰੜਿਆ ਗਿਆ ਮਾਰਿਆ ਗਿਆ ਤੇ ਭਾਜਪਾ ਦੇ ਕੇਂਦਰੀ ਰਾਜ ਮੰਤਰੀ ਅਜੇ ਕੁਮਾਰ ਮਿਸ਼ਰਾ ਦੇ ਨਾਂ ਤੇ ਰਜਿਸਟਰ ਹੈ ਗੱਡੀ ਹੈ ਹੋਰ ਇਸ ਤੋਂ ਵੱਡਾ ਸਬੂਤ ਕੀ ਹੋ ਸਕਦਾ ਹੈ ਕਤਲ ਦਾ ਇਸ ਘਟਨਾ ਦੇ ਵਿੱਚ ਹੁਣ ਤੱਕ 9 ਕਿਸਾਨਾਂ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ 9 ਕਿਸਾਨਾਂ ਦੀ ਸ਼ਹਾਦਤ ਦੀ ਖਬਰ ਵੀ ਸਾਹਮਣੇ ਆਈ ਹੈ ਇੱਕ ਪੱਤਰਕਾਰ ਵੀ ਹਾਲਾਂਕਿ ਮਾਰਿਆ ਗਿਆ ਹੈ ਸਥਾਨਕ ਨਿਜੀ ਚੈਨਲ ਦਾ ਉਹ ਇੱਕ ਪੱਤਰਕਾਰ ਹੈ ਤੇ 10 ਤੋਂ ਲੈ ਕੇ 15 ਕਿਸਾਨ ਵੀ ਹੁਣ ਤੱਕ ਫਿਲਹਾਲ ਜ਼ਖਮੀ ਹੋਏ ਨੇ ਜੇ ਤਰਾਈ ਕਿਸਾਨ ਸੰਗਠਨ ਆਗੂ ਦੀ ਗੱਲ ਕਰੀਏ ਤਾਂ ਉਹਨਾਂ ਕਿਸਾਨਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚੋਂ ਕਈ ਕਿਸਾਨ ਜਿਹੜੇ ਜ਼ਖਮੀ ਹੋਏ ਨੇ ਮੈਦਾਨਤਾ ਹਸਪਤਾਲ ਦੇ ਵਿੱਚ ਵੀ ਇਹਨਾਂ ਨੂੰ ਰੈਫਰ ਕੀਤਾ ਗਿਆ ਹੀ ਤੇ ਭਾਜਪਾ ਕੇਂਦਰੀ ਮੰਤਰੀ ਦੇ ਮੁੰਡੇ ਦੇ ਵੱਲੋਂ ਚਾਰ ਕਿਸਾਨਾਂ ਦਾ ਕਤਲ ਕੀਤਾ ਗਿਆ ਪਹਿਲਾਂ ਹਾਲਾਂਕਿ ਖਬਰ ਨਿਕਲ ਕੇ ਸਾਹਮਣੇ ਆਈ ਉਸ ਤੋਂ ਬਾਅਦ ਇਹ ਗਿਣਤੀ ਲਗਾਤਾਰ ਵਾਧਦੀ ਨਜ਼ਰ ਆਈ ਤੇ 9 ਜਣਿਆਂ ਦੀ ਹੁਣ ਤੱਕ ਮੌਤ ਦੀ ਖਬਰ ਸਾਹਮਣੇ ਆਈ ਹੈ ਤੇ 10 ਤੋਂ ਲੈ ਕੇ 15 ਜਣੇ ਵੀ ਜ਼ਖਮੀ ਦੱਸੇ ਜਾ ਰਹੇ ਨੇ ਲਗਾਤਾਰ ਐਕਸਕਲੂਸਿਵ ਤਸਵੀਰਾਂ ਦੇ ਵਿੱਚ ਤੁਸੀਂ ਦੇ ਸਕਦੇ ਹੋ ਕੇਂਦਰੀ ਰਾਜ ਮੰਤਰੀ ਅਜੇ ਮਿਸ਼ਰਾ ਇੰਨੀ ਦੇ ਮੁੰਡੇ ਅਸ਼ੀਸ਼ ਮਿਸ਼ਰਾ ਮੋਨੂ ਨੇ ਆਪਣੇ ਚਾਚੇ ਤੇ ਹੋਰ ਗੁੰਡਿਆਂ ਦੇ ਨਾਲ ਮਿਲ ਕੇ ਇਸ ਕਤਲकांड ਨੂੰ ਅੰਜਾਮ ਦਿੱਤਾ ਹੈ ਲਖੀਮਪੁਰ ਖੀਰੀ ਦੇ ਵਿੱਚ ਸ਼ਾਂਤਮਈ ਪ੍ਰਦਰਸ਼ਨ ਕਰਕੇ ਮੋੜ ਰਹੇ ਕਿਸਾਨਾਂ ਉੱਪਰ ਗੱਡੀਆਂ ਚੜਾਉਣ ਦਾ ਇਹਨਾਂ ਨੇ ਕੰਮ ਕੀਤਾ ਤੇ ਐਨੇ ਵਾ ਫਾਇਰਿੰਗ ਕਰਕੇ ਵੀ ਮੌਕੇ ਤੋਂ ਫਰਾਰ ਹੋ ਗਏ ਸਾਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਕਿਵੇਂ ਇਹ ਗੱਡੀ ਦਾ ਵੇਰਵਾ ਨਿਕਲ ਕੇ ਸਾਹਮਣੇ ਆਇਆ ਹੈਗਾ ਤੇ ਦੇਖ ਸਕਦੇ ਹੋ ਕਿ ਯੂਪੀ ਦੇ ਵਿੱਚ ਕਿਵੇਂ ਗੁੰਡਾ ਰਾਜ ਹੈ ਕਿਸਾਨਾਂ ਤੇ ਕਿਵੇਂ ਤਸ਼ੱਦਦ ਟਾ